ਸੁਣਾਓ ਕੋਈ ਗੱਲ ਬਾਤ ਨਾਲੇ ਉੱਤੇ ਬਾਹਰ ਜਾਣਾ ਦਾ ਕੀ ਬਣਿਆ ਆਈਲੈਟਸ ਦਾ ਮੈਂ ਯਾਰ ਬਾਈ ਪੇਪਰ ਤਾਂ ਦਿੱਤਾ ਹੀ ਦੋ ਤਿੰਨ ਵਾਰੀ ਤੇ ਮੇਰੀ ਆਈ ਨਹੀਂ ਬੈਂਡ ਤੇ ਹੁਣ ਕੋਈ ਜਾਂ ਟਾ ਤੇ ਉਹ ਆਣਾ ਮੈਂ ਦੋ ਨੰਬਰ ਤੇ ਤੈਨੂੰ ਜੰਗਵਾ ਰਾਂ ਬਾਹਰ ਭੇਜ ਦੂੰਗਾ ਓਏ ਦੋ ਨੰਬਰ ਚ ਨਾ ਜਾਈ ਓਏ ਬਹੁਤ ਪੜੀ ਹੁੰਦੀ ਓ ਬਾਬੇ ਔਖੇ ਹੋਗੇ ਜਾਣ ਨੂੰ ਖਤਰਾ ਵੀ ਪੈ ਸਕਦਾ ਤੇ ਤੂੰ ਮੈਨੂੰ ਗੱਲ ਕਿਉਂ ਨਹੀਂ ਦੱਸਦਾ ਨਾਲਿਆਂ ਦੇ ਤੂੰ ਵੀ ਬਾਹਰ ਜਾਣੀ ਤੂੰ ਕਿਉਂ ਨਹੀਂ ਗਿਆ ਕੋਈ ਪੁਰਾਣੀਆਂ ਗੱਲਾਂ ਨਾ ਛੇੜਨ ਦੀ ਫਾਇਦਾ ਹੁੰਦਾ ਓਕੇ ਮੈਂ ਦੱਸ ਤਾਂ ਸਹੀ ਚਾ ਛੱਡ ਪਰਾਂ ਯਾਰ ਕਿਉਂ ਪੁਰਾਣੀਆਂ ਗੱਲਾਂ ਛੇੜਨਾ ਨਹੀਂ ਯਾਰ ਤੂੰ ਦੱਸ ਤਾਂ ਸਹੀ ਫਿਰ ਵੀ ਕਾਜਾ ਇਹਨਾਂ ਜੋ ਪੌਣੇ ਦਾ ਦੱਸ ਦੇਣਾ ਇਹ ਗੱਲ ਨਾ ਛੋਟੇ ਹੁੰਦੇ ਸੀ ਅਸੀਂ ਮੈਂ ਸੀ ਇੱਕ ਮੇਰੇ ਨਾਲ ਹੋਰ ਹੁੰਦਾ ਸੀ ਹੋਰ ਸੁਣਾ ਕੋਈ ਗੱਲਬਾਤ ਫਿਰ ਉਹ ਤੈਨੂੰ ਪਤਾ ਇਹ ਨੰਬਰਦਾਰਾਂ ਦਾ ਮੁੰਡਾ ਬਾਹਰੋਂ ਆਇਆ ਤੇ ਵੱਡੀ ਕੋਠੀ ਪਾਈ ਜਾਂਦਾ ਕੋਈ ਨਾ ਆਪਾਂ ਵੀ ਉੱਥੇ ਵੱਡੀ ਕੋਠੀ ਪਾਵਾਂਗੇ ਹਾਂ ਆਪਾਂ ਵੀ 12ਵੀਂ ਕਰਕੇ ਆਈਲੈਟਸ ਕਰਕੇ ਬਾਹਰ ਜਾਵਾਂਗੇ ਤੇ ਉਹਦੇ ਤੋਂ ਵੱਡੀ ਕੋਠੀ ਪਾਵਾਂਗੇ ਚੱਲ ਘਰੇ ਚੱਲ ਗਏ ਬਹੁਤ ਟਾਈਮ ਹੋ ਗਿਆ ਆਸ਼ੇ ਹੁਣ ਆਪਣਾ ਸੁਪਨਾ ਪੂਰਾ ਹੋਊਗਾ ਬਚਪਨ ਦਾ ਪਲੱਸ 2 ਕਲੀਅਰ ਹੋ ਗਈ ਆ ਹੁਣ ਆਈਲੈਟਸ ਕਰ ਲੈਣੀ ਆ ਫਿਰ ਚੱਲਾਂਗੇ ਬਾਹਰ ਕੈਨੇਡਾ ਦੋ ਫਰੈਸ਼ੀਅਰ ਸਟੂਡੈਂਟ ਆਏ ਆ ਯੈਸ ਸਰ ਸਟੈਂਡ ਅਪ ਕਿਹੜੇ ਕਿਹੜੇ ਆਏ ਆ ਵਾਟਸ ਯੂਅਰ ਨੇਮ ਗਰਮਜੀਤ ਸਿੰਘ ਸਰ ਯੂਅਰ ਜਸਪ੍ਰੀਤ ਸਿੰਘ ਓਕੇ ਸਟੂਡੈਂਟ ਸਿਟ ਡਾਊਨ ਚਲ ਕਰੋ ਪੜ੍ਹਾਈ ਸ਼ੁਰੂ ਬੈਸਟ ਆਫ ਲੱਕ ਹੋਕੇ ਨਾ ਮੈਦਾਨ ਛੱਡੀਏ ਕਿਸਮਤ ਨਾਲ ਕਦ ਚੱਲਿਆ ਗਿਲੇ ਸ਼ਾਰਟ ਕੱਟ ਬੜੇ ਯਾਰੋ ਫੇਮ ਲੈਣ ਦੇ ਸਟਰਗਲ ਤੋਂ ਬਿਨਾ ਸਕਸੈਸ ਨਾ ਮਿਲੇ ਸ਼ਾਰਟ ਕੱਟ ਕਿਵੇਂ ਕੈਨੇਡਾ ਵਾਲਿਆ ਠੀਕ ਆ ਬਾਈ ਬਣ ਜਾਣਗੇ ਕੈਨੇਡਾ ਵਾਲੇ ਵੀ ਤੂੰ ਖਰਾਬ ਕੀ ਆ ਬਾਈ ਆ ਜਾ ਮਨ ਬੈਠ ਨਾ ਕੋਈ ਗੱਲਬਾਤ ਆ ਜਾਨੇ ਯਾਰ ਤੂੰ ਖਰਾਬ ਠੀਕ ਠਾਕ ਰਹਿਣਾ ਵਧੀਆ ਬਈ ਵਧੀਆ ਆਇਆ ਬਾਇਆ ਹਰਦੀਪ ਕਰ ਲੇਗਾ ਮਾ ਕੋਈ ਨਹੀਂ ਆ ਗਿਆ ਕੋਈ ਨੜਾ ਮੈਂ ਵਾਲਾ ਤੂੰ ਕੈਨੇਡਾ ਨੂੰ ਚੱਲਾ ਯਾਰ ਕਾਰੀ ਪੈਚ ਪਟਣ ਲੱਗਾ ਓ ਯਾਰ ਕਰੀ ਜਾਂਦੇ ਆ ਇਹਨਾਂ ਦੋ ਦਿੱਤਾ ਵੀ ਪਰਾ ਜਾਵਾਂਗੇ ਕੋਈ ਆ ਜਾਵਾਂਗੇ ਬਈ ਬਾਹਰ ਜਾਂਦਾ ਕੋਈ ਫਾਇਦਾ ਨਹੀਂਗਾ ਬਾਈ ਤਾਂ ਦੀਉ ਦੋ ਪੁੱਛ ਕੇ ਵੇਖ 2 ਸਾਲ ਲੱਗ ਗਏ ਆਪਦਾ ਬਈ ਜਰਮਨ ਫਿਰ ਵੀ ਜਰਮਨ ਤੂੰ ਆਪਦਾ ਬਈ ਤੈਨੂੰ ਪਤਾ ਹੀ ਹੈ ਮੈਂ 2 ਸਾਲ ਕੈਨੇਡਾ ਦੇ ਵਿੱਚ ਲਾ ਗਿਆ ਫਿਰ ਵੀ ਬਈ ਮੈਨੂੰ ਇੱਥੇ ਆ ਕੇ ਉੱਥੇ ਕੁਝ ਨਹੀਂ ਮੇਰਾ ਬਣਿਆ ਇੱਥੇ ਆ ਕੇ ਮੈਂ ਡੇਰੀ ਖੋਲੀ ਅਕਸਰ ਬਈ ਆ ਕੇ ਵੇਖ ਲਾ ਬਾਕੀ ਤੇਰੀ ਮਰਜ਼ੀ ਹੈ ਤੂੰ ਆਪਦਾ ਜਰਮਨ ਕੋਈ ਫਾਇਦਾ ਨਹੀਂ ਬਈ 20-22 ਲੱਖ ਰੁਪਇਆ ਲਾ ਕੇ ਜਾਏਗਾ ਦਿਹਾੜੀਆਂ ਹੀ ਕਰਨੇ ਨੇ ਬਈ ਉੱਥੇ ਜਾ ਕੇ ਵੀ ਕੰਮ ਫਿਕਰ ਕੰਮ ਦਾ ਹੀ ਬਣਿਆ ਰਹਿੰਦਾ ਡਬਲ ਡਬਲ ਸ਼ਰਟਾਂ ਕਰਦੇ ਮੁੰਡੇ ਰੋਟੀ ਫਿਰ ਵੀ ਨਹੀਂ ਕਹੀ ਜਾਂਦਾ ਮੈਂ ਦੀ ਵੀਰੇ ਬਾਕੀ ਤੇਰੀ ਮਰਜ਼ੀ
ਅਭੀ ਤੇਰੀ ਗੱਲ ਹੋਰ ਸੀਗੀ ਤੂੰ ਤਾਂ ਉਦੋਂ 2 ਸਾਲ ਅਗੇ ਭੱਜਣ ਦੀ ਕੀਤੀ ਔਖਾ ਮੜਾ ਜਾ ਵੀ ਨਹੀਂ ਆਇਆ ਨੰਬਰ ਕਰਨਾ ਸ਼ੁਰੂ ਹੋਏ 6 ਸਾਲ ਦਾ ਗੈਲ ਵਧੀਆ ਕੋਠੀ ਗੱਡੀ ਪਾਲੀ ਉਹਨੇ ਭਾਈ ਜਰਮਨ 50 ਕਿੱਲੇ ਪੈਲੀ ਤੇ ਉਹਦੇ ਕੋਲੇ 1 ਸਾਲ ਦੀ ਕੋਠੀ ਬਾਲੂ 25 ਲੱਖ ਠੇਕਾ ਡੇ ਦਾ ਉਹਦਾ ਯਾਰ ਕਿਵੇਂ ਮਰਜੀ ਆ ਲੋ ਮੈਂ ਤਾਂ ਬਾਹਰ ਜਾ ਕੇ ਹਟੂੰਗਾ ਭਾਈ ਸਾਡੀ ਤੇਰੀ ਮਰਜੀ ਆ ਅੱਜ ਤਾਂ ਤੈਨੂੰ ਸਲਾਹ ਦੇਣੀ ਸੀ ਭਾਈ ਹੋਰ ਕੋਈ ਗੱਲ ਨਹੀਂ ਤੂੰ ਆਪਦਾ ਚੱਲ ਤੇਰੇ ਨਾਲ ਵਰਤਦੇ ਆ ਬੈਂਦੇ ਕਰਦੇ ਆ ਖਾਂਦੇ ਪੀਂਦੇ ਇਕੱਠਾ ਠੀਕ ਆ ਨਾ ਕੋਈ ਨਾ ਤੂੰ ਮੇਰਾ ਨਹੀਂ ਕੋਠੀਆਂ ਪੈਂਦੀਆਂ ਕਿੱਲੇ ਤੇ ਕਿੱਲਾ ਚੜਾ ਲੈਣਾ ਮਰਜੀ ਹੈ ਤੇਰੀ ਭਰਾਵਾ ਕੈਨੇਡਾ ਤੋਂ ਆ ਕੇ ਪਾ ਰਹੀ ਮੂਰਤਾਂ ਕਿੱਲੇ ਹੁੰਦੇ ਨੇ ਇੱਕ ਗੱਲ ਦੱਸਣੀ ਸੀ ਯਾਰ ਦੱਸ ਬਾਈ ਅੱਜ ਸ਼ਹਿਰ ਗਿਆ ਸੀ ਮੈਂ ਅੱਛਾ ਇੱਕ ਬੰਦਾ ਮਿਲਿਆ ਉਹਨੇ ਏਜੰਟ ਦਾ ਦਿੱਤਾ ਸੀ ਨੰਬਰ ਅੱਛਾ ਤੇ ਮੈਂ ਕੀਤੀ ਗੱਲ ਯਾਰ ਏਜੰਟ ਨਾਲ ਹਾਂ ਉਹ ਉਹਨੂੰ ਬਾਹਰ ਭੇਜਦਾ ਜਿਨ੍ਹਾਂ ਦੇ ਬੈਂਡ ਘੱਟ ਆਉਂਦੇ ਆ ਸਿੱਧੀ ਅੱਛਾ ਆਪਣੇ ਵਰਗਿਆਂ ਨੂੰ ਉਹਦਾ ਠੀਕ ਆ ਪਰ ਦਿੱਕਤ ਕੀ ਆ ਭੇਜਦਾ ਦੋ ਨੰਬਰ ਤੇ ਯਾਰ ਦੋ ਨੰਬਰ ਤੇ ਰਿਸਕ ਨਾ ਹੋਊਗਾ ਬਾਬੇ ਰਿਸਕ ਤਾਂ ਫਿਰ ਹੈਗਾ ਹੀ ਗੱਲ ਕਰਕੇ ਵੇਖ ਚੱਲ ਦੇਗਾ ਨੰਬਰ ਕਰਕੇ ਗੱਲ ਆ ਨੰਬਰ ਹੈ ਹੈਲੋ ਗੁਰਵਿੰਦਰ ਸਰ ਬੋਲਦੇ ਜੀ ਸਰ ਖੋਖਰ ਤੋਂ ਬੋਲਦੇ ਜੀ ਹਾਂ ਅੱਜ ਮੁੰਡੇ ਨੇ ਕੀਤੀ ਸੀ ਨਾ ਕਾਲ ਤੁਹਾਡੇ ਨਾਲ ਗੱਲ ਕੀਤੀ ਸੀ ਹਾਂ ਸਰ ਉਹ ਐਂ ਪੁੱਛਣਾ ਸੀ ਕੋਈ ਰਿਸਕ ਰੁਸਕ ਤਾਂ ਨਹੀਂ ਹੈਗਾ ਅੱਛਾ ਜੀ ਕਿੱਥੇ ਆਪਣਾ ਆਫਿਸ ਜੀ ਅੱਛਾ ਜੀ ਕੋਈ ਨਾ ਸਰ ਮੈਂ ਕੱਲ੍ਹ ਤੱਕ ਪਹੁੰਚ ਜਾਏ ਕੱਲ੍ਹ ਨੂੰ ਸੁਬਾਹ ਪਹੁੰਚ ਜਾਂਗੇ 10-11 ਵਜੇ ਨੂੰ ਠੀਕ ਹੈ ਸਰ ਓਕੇ ਸਰ ਕੀ ਕਹਿੰਦਾ ਜੰਟ ਉਹ ਕਹਿੰਦਾ ਕੋਈ ਨਾ ਕੱਲ੍ਹ ਨੂੰ ਆ ਕੇ ਮਿਲੋ ਜੀ ਕੱਲ੍ਹ ਨੂੰ ਤੁਹਾਨੂੰ ਸਾਰਾ ਪ੍ਰੋਸੈਸ ਸਮਝਾ ਦਾਂਗੇ 10-11 ਵਜੇ ਦਾ ਟਾਈਮ ਦਿੱਤਾ ਕੱਲ੍ਹ ਕੇ ਚੱਲਾਂਗੇ ਕੋਈ ਨਾ ਆਇਓ ਸਰ ਆਜੋ ਆਜੋ ਆਓ ਵੀ ਆਓ ਆਓ ਮੁੰਡੇ ਬੈਠੋ ਤੁਹਾਡੀ ਤਾਂ ਜੀ ਵਧੀਆ ਵਧੀਆ ਜੀ ਸਰ ਕੱਲ੍ਹ ਲਾਇਆ ਸੀ ਨਾ ਫੋਨ ਅਸੀਂ ਕੋਖਰ ਤੋਂ ਹਾਂ 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 ਖਰਚਾ ਆਪਣਾ ਆਜੂਗਾ ਇੱਕ ਜਣੇ ਜਾਓਗੇ 35 ਮੰਨ ਲਓ ਤੇ ਜੇ ਤੁਸੀਂ ਦੋਵੇਂ ਜਾਓਗੇ ਤਾਂ ਤੁਹਾਡਾ ਆਪਾਂ 65 ਲੱਖ ਚ ਕਰਾਵਾਂ ਕੰਮ ਕਰਾ ਦਾਂਗੇ ਸਾਰਾ ਟਿਕਟ ਖਰਚਾ ਹਵਾਈ ਜਹਾਜ਼ ਤੁਹਾਨੂੰ ਬਿਠਾਉਣਾ ਕੈਨੇਡਾ ਬਿਠਾਉਣਾ ਉਹਨਾਂ ਦੀ ਜ਼ਿੰਮੇਵਾਰੀ ਮੇਰੇ ਬੰਦੇ ਆ ਉਹ ਬਸ ਟੈਨਸ਼ਨ ਨਹੀਂ ਲੈ ਠੀਕ ਹੈ ਸਮਝ ਗਏ ਗੱਲ ਜ਼ਰੂਰ ਸਾਨੂੰ ਪਹਿਲਾਂ ਮੈਕਸੀਕੋ ਭੇਜੋ ਮੈਕਸੀਕੋ ਤੋਂ ਬਾਅਦ ਜਹਾਜ਼ ਕੈਨੇਡਾ ਜਹਾਜ਼ ਤੇ ਉੱਥੋਂ ਬਾਅਦ ਤੁਹਾਨੂੰ ਆਰਾਮ ਨਾਲ ਲਾ ਸਕਦੇ ਜੀ ਬਸ ਆਹ 2 ਦਿਨਾਂ ਦਾ ਰਸਤਾ ਜਿਹੜਾ ਕਾ ਵੀ ਵੀਜ਼ਾ ਹੋਇਆ ਟਿਕਟ ਹੋਣਾ ਜਾਂ ਕੋਈ ਚੱਕਰ ਨਹੀਂ ਮੇਰਾ ਮੇਰੇ ਬੰਦੇ ਸਾਰਾ ਪ੍ਰਬੰਧ ਕਰਨਗੇ ਤੁਹਾਡਾ ਖਰਚਾ ਵਿੱਚ ਹੀ ਲੈ ਜਾਂਦਾ ਅੱਛਾ ਪਹਿਲਾਂ ਤੇ ਭੇਜੋ ਜਾਂ ਤੁਸੀਂ ਬੰਦੇ ਵੱਧੋ ਬੰਦੇ ਗਏ ਆ ਟੈਨਸ਼ਨ ਨਹੀਂ ਲੈਣੀ ਠੀਕ ਹੈ ਠੀਕ ਹੈ ਜੀ ਇਹ ਕਰਦੇ ਜਾਂ ਕੇ ਪੈਸੇ ਦਾ ਪ੍ਰਬੰਧ ਤੇ ਠੀਕ ਹੈ ਠੀਕ ਹੈ ਜਿਹਦੇ ਪੈਸੇ ਪ੍ਰਬੰਧ ਉਹਦੇ ਭੇਜ ਦੂੰਗਾ ਕਿ ਦੋ ਲੱਗਣੇ ਕੋਈ ਇਹਦੇ ਫਾਇਲ ਫੂਲ ਦਾ ਬਸ ਦੋ ਕੁ ਦਿਨਾਂ ਦਾ ਪ੍ਰੋਸੈਸ ਤੇ ਜਦੋਂ ਪੈਸੇ ਆ ਗਏ 2 ਦਿਨ ਪ੍ਰੋਸੈਸ ਤੋਂ ਉਦੋਂ ਬਾਅਦ ਤੁਹਾਨੂੰ ਮੈਂ ਆਪ ਲੈ ਕੇ ਜਾਊਂਗਾ ਟੈਨਸ਼ਨ ਮਤ ਤੁਸੀਂ ਤਿਆਰੀ ਖਿੱਚੋ ਤਾਂ ਪੈਸੇ ਪੂਰੇ ਭੁੱਲ ਜਾਓ ਬਸ ਆਪਾਂ ਕਰੀਏ ਡੇਟਾ ਉੱਤੇ ਮੈਂ ਪੈਸੇ ਭੇਜ ਦੂੰਗਾ ਤੇ ਡੇਟਾ ਟੂਟਾ ਲੈ ਕੇ ਸਾਰਾ ਪ੍ਰਬੰਧ ਕਰ ਲਵਾਂਗਾ ਚਲੋ ਠੀਕ ਹੈ ਭਾਈ ਮੈਂ ਅੰਦਰ ਪੈਸੇ ਦਾ ਪ੍ਰਬੰਧ ਕਰ ਜਾ ਕੇ ਕੱਲ ਹੀ ਕੋਈ ਦੇਖਾਂ ਨਾ ਪੈਸੇ ਹੁੰਦੇ ਵੀ ਇਕੱਠੇ ਕਰ ਲੈਣੇ ਪਏ ਹਾਂ ਇਹ ਤਾਂ ਘਰ ਦੀ ਸੌਂ ਮਜ਼ਦੂਰੀ ਹੁੰਦੀ ਹੈ ਸਾਡੀ ਕੋਈ ਗੱਲ ਨਹੀਂ ਕੋਈ ਨਾ ਉਧਰ ਜਾ ਵੜੇ ਦਾ ਫਿਰ ਤਾਂ ਪੈਸੇ ਕਹੇ ਚੱਲੋਗੇ ਕਿਹੜੇ ਪੈਸੇ ਯਾਦ ਨਹੀਂ ਰਹੇ ਲੱਗੇ ਹਾਂਜੀ ਚਲੋ ਠੀਕ ਹੈ ਚਲੋ ਠੀਕ ਹੈ ਗੱਲ ਦੇ ਆ ਫਿਰ
ठीक है ठीक है। चलो उतरो इतो तुर के जाना यार, तो सुन रहा ही बहुत है भाई, डर तो है नहीं कोई चक्कर नहीं कुछ नहीं, मैं बंदे बहुत टपाए टेंशन वाला ਉਹਨੇ ਦਾ ਇੱਥੋਂ ਹੀ ਮੈਂ ਤੁਹਾਨੂੰ ਵਧੀਆ ਭੇਜੂਗਾ ਕੋਈ ਟੈਂਸ਼ਨ ਨਾ ਲਓ। ਤੇ ਗਾਂ ਵੀ ਬਾਰਡਰ ਤੇ ਆਊਗਾ ਸਾਨੂੰ ਕੋਈ ਸਵਾਲ ਹੋਵੇ ਤਾਂ ਸਭ ਕੋਈ ਬੰਦੇ ਮੈਂ ਆਪੇ ਕਹੇ ਸੈੱਟ ਕੀਤੇ ਆ ਬੰਦੇ ਆਉਣਗੇ ਨਾ ਕੋਈ ਟੈਂਸ਼ਨ ਨਾ ਲਓ, ਬਾਤ ਮੇਰੇ ਪਿੱਛੇ ਤੁਰੇਗਾ। ਫਿਰ ਵੀ ਇੱਕ ਥੋੜਾ ਜਿਹਾ ਕੋਈ ਡਰ ਲੱਗਦਾ ਉਹੀ ਤੇ ਇੱਥੇ ਹੀ ਆ ਗਾਂ ਦਾ ਪੂਰਾ ਰਾਹ ਬਣਿਆ ਆਪਣੇ ਡੰਡੀਆਂ ਪੱਕੀਆਂ ਟੈਂਸ਼ਨ ਨਾ ਲਓ ਪੱਕੀ ਗੱਲ ਹੈ ਜਮਾ ਯਾਰ ਟੈਂਸ਼ਨ ਕੀ ਮੰਨਦਾ ਜਲ ਜਸ ਤੁਸੀਂ ਆ ਦਿਲ ਬਣਾਓ ਮੈਂ ਤੁਹਾਨੂੰ ਦੱਸਦਾ ਮੇਰੇ ਤੇ ਯਕੀਨ ਕਰੋ ਯਾਰ अगले बड तक है जान की जिम्मेवारी आप संभालना दोवे ने कोई चक्कर नहीं ओदू बाद हां ओदू बाद बंदे अपने खड़े उन्हें मेरा कोड दस देना जाके 4590 11 जानवर खा गए क्यों टेंशन लेने तेन तो डर लगता बस ठीक है चुप करके डंडी बह जाओ आ रहा जाता उधर दी ठीक है चुप करके सीधे डंडी बनी है बस चुप करके तुर जाना बस पहुंच जाओ हिम्मत नाल बस पहुंच जाओ ग्राउंड डर दे थोड़ी ना जट्टां दे पुत्तां जंगलों च कीने आना चल आया पैसे पूसे भी कड़ो पैसे है नी भाई कुछ नहीं गा मेरे को लुट गया इन्ने पैसे चक्की फिर बंदे रखा कर दो चार नाल भाई इत्थे कड़ा दुकान भाई एकड़ी लुटन आवे आ मेरी जो जान प्यारी निकल दो पानी अगे आके मिल भी जाओ जान नहीं मिलनी दोबारा चलो जंगल जंगल हरे पास जिसे तक मैं बार्डर नहीं दिंदा कि नेड़े तेड़े यार सारा नेरा पैंदा जांदा उतो बाबे तो पानी की देह बहुत लगी है उही तो गल है यार पानी लभी है जी बाबे अगे जंगल होर संघना हुंदा जांदा की करके यार डर जा लगदा है तो गांदा यार जमीन दी करी जाने ओ कहंदा सीगा जिसे तां साडा बच रही आ हां ए तां कहंदा सीगा पर फिर भी यार गांने ना यार चल जा
ਯਾਰ ਨੇਰਾ ਹੁੰਦਾ ਜਾਂਦਾ ਕੋਈ ਜਾਨਵਰ ਜੂਨਵਰ ਦਾ ਪਤਾ ਨਹੀਂ ਹੁੰਦਾ ਇਹਦਾ ਗੱਲ ਸੀ ਯਾਰ ਪਾਣੀ ਲੱਭ ਗਿਆ ਪਹਿਲਾਂ ਤਾਂ ਯਾਰ ਸੰਘ ਸੁੱਕੀ ਜਾਂਦਾ ਹੋਰ ਯਾਰ ठीक है तू जाश 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 यार बोल यार जाश यार मैं बचा लू यार तेन जाश जाश तू हुक्म कर दावे असी दिंदे जान यारा पर तैनू जिंदगी चो ना दिंदे जान यारा कर दावे असी दिंदे जान यारा पर तैनू जिंदगी चो ना दिंदे जान यारा मैं उस दिन उत्थे बेहोश हो गया सी जदों मैनू होश आई मैं किसी दे घरे सी उत्थे मेरे कोल इक आंटी बैठी सी जिन्हें मैनू दस्या कि मैनू अज चार पाँच दिन बाद होश आई आ ते जदों मैं उन्हां तों जश बारे पुछया तो उन्होंने दस्या कि उसकी डैथ हो गई सी तां करके उन्होंने उन्हें संस्कार दिता सी जश बारे सुन के जदों मैं रोन लग गया तो उन्होंने मैनू चुप कराया ते फिर मैं घर आने की जिद करन लगा उन्होंने मैनू कहा कि हुण तू आराम कर जो तू ठीक हो गया असी तैनू तेरे घर छड आवांगे फिर वह मैनू घर छड गए होर मैं तां ही कहना भाई जे जाना ना लीगल तरीके ने जाओ लीगल तरीके ने जाएगा तो जानू भी खतरा हो सकता बंदे दी नू नहीं सही गल है भाई तेरी मैं तो आप लीगल तरीके ना ही आऊंगा परंतु तेरे नाल रोड वाइज करना कोई तो गल है जे एक बार ही हो जाऊगा दो बार ही हो जाऊगा कोई ना कर लांगे हिम्मत ना हारी बस ना जा अल्लाह हुण ਅੱਜ ਕਿੱਦਾਂ ਲੱਗੀ ਤੁਹਾਨੂੰ ਸਾਡੀ ਵੀਡੀਓ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਅਤੇ ਇੱਦਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਆਲ 'ਤੇ ਜ਼ਰੂਰ ਕਰ ਦੇਣਾ ਅਤੇ ਭਰਾ ਸਾਡਾ ਰਣਵੀਰ ਬਰਾੜ ਇਹਦਾ ਯੂਟਿਊਬ 'ਤੇ ਚੈਨਲ ਹੈ ਮਿਸਟਰ ਬਰਾੜ ਦੇ ਨਾਲ ਨਾਲ ਉਹ ਵੀ ਜ਼ਰੂਰ ਸਬਸਕ੍ਰਾਈਬ ਕਰੋ ਜੇ ਅਤੇ ਡਿਸਕ੍ਰਿਪਸ਼ਨ 'ਚ ਲਿੰਕ ਦਿੱਤਾ ਹੋਇਆ ਭਾਈ ਬਹੁਤ ਵਧੀਆ ਪਬਜੀ ਖੇਡਦਾ ਪਬਜੀ ਦੀਆਂ ਵਧੀਆ ਕਲਿੱਪਾਂ ਦੇਖਣ ਲਈ ਬਾਈ ਨੂੰ ਇੰਸਟਾਗ੍ਰਾਮ 'ਤੇ ਵੀ ਫੋਲੋ ਕਰੋ ਰਣਵੀਰ ਬਰਾੜ ਅਤੇ ਵੀਡੀਓ ਸਾਰੀਆਂ ਲਾਈਕ ਕਰਿਓ ਧੰਨਵਾਦ।